ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਛੱਕਰੀ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਉਹਨਾਂ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂ ਲੰਗਾਹ ਦੀ ਅਗਵਾਈ 'ਚ ਯੂਥ ਅਕਾਲੀ ਵਰਕਰਾਂ ਨੇ ਪਿੰਡ ਵਿੱਚ ਬੂਥ ਕੈਪਚਰਿੰਗ ਦੇ ਦੋਸ਼ ਲਗਾਏ ਹਨ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਅਤੇ ਗੁਰਦਾਸਪੁਰ ਖਾਸ ਕਰਕੇ ਡੇਰਾ ਬਾਬਾ ਨਾਨਕ ਹਲਕੇ ਦੀ ਸਿਆਸਤ ਤੋਂ ਲੰਬੇ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅੱਜ ਖੁੱਲ੍ਹ ਕੇ ਸਾਹਮਣੇ ਆਏ ਹਨ। ਸੁੱਚਾ ਸਿੰਘ ਲੰਗਾਹ ਨੇ ਅੱਜ ਪਿੰਡ ਛੱਕਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਤਿੱਖੇ ਹਮਲੇ ਕੀਤੇ ਹਨ ਅਤੇ ਜੰਮ ਕੇ ਗੁੱਸਾ ਝਾੜਿਆ ਹੈ। ਲੰਗਾਹ ਨੇ ਇਸ ਮੌਕੇ ਮੰਗ ਕੀਤੀ ਹੈ ਕਿ ਪਿੰਡ ਛੱਕਰੀ ਵਿੱਚ ਦੁਬਾਰਾ ਚੋਣ ਕਰਵਾਈ ਜਾਵੇ। ਅੱਜ ਦਾ ਜੋ ਹਲਕੇ ਡੇਰੇ ਬਾਬੇ ਨਾਨਕ ਵਿੱਚ 95% ਪੰਚਾਇਤਾਂ ਦੇ ਕਾਗਜ਼ ਰੱਦ ਕਰਕੇ ਪਿਛਲਿਆਂ ਦਿਨਾਂ 'ਚ ਸਰਪੰਚੀ ਇਲੈਕਸ਼ਨ ਕਿਸੇ ਨੂੰ ਲੜਨੀ ਨਹੀਂ ਦਿੱਤੀ। ਸਿਰਫ 15-16 ਪੰਚਾਇਤਾਂ 300-325 ਪੰਚਾਇਤ ਵਿੱਚੋਂ ਇਲੈਕਸ਼ਨਾਂ ਲੜ ਰਹੀਆਂ ਨੇ। ਉਹਨਾਂ ਵਿੱਚ ਇੱਕ ਪਿੰਡ ਆ ਛੱਕਰੀ, ਧਾਰੀਵਾਲ ਬਲਾਕ ਦੇ ਵਿੱਚ ਇਹ ਪਿੰਡ ਪੈਂਦਾ ਵਾ। ਰਣਜੀਤ ਸਿੰਘ ਪਿਛਲੇ 35 ਸਾਲ ਤੋਂ ਸਰਪੰਚ ਬਣਦਾ ਆ ਰਿਹਾ, ਬਜ਼ੁਰਗ ਆਦਮੀ। ਅੱਜ ਬੜੀ ਵੱਡੀ ਪੱਧਰ 'ਤੇ ਗੁੰਡਾਗਰਦੀ ਕੀਤੀ ਹੈ ਪਿੰਡ ਦੇ ਵਿੱਚ। ਉਹਦੀ ਪੱਗ ਲਾਈ, ਸੱਟਾਂ ਲਾਈਆਂ, ਔਰ ਮੈਂ ਸਮਝਦਾ ਕਿ ਗੁੰਡਾਗਰਦੀ ਦੀਆਂ ਹੱਦਾਂ ਟੱਪ ਗਏ ਨੇ। ਮੈਂ ਇਸ ਸਮੇਂ ਕਹਿਣਾ ਚਾਹੁੰਦਾ ਸੁੱਖੀ ਰੰਧਾਵੇ ਨੂੰ, ਅੱਜ ਵਿਆਹ ਵਾ ਤੁਹਾਡੇ ਘਰ, ਤੁਸੀਂ ਪਾਈਏ ਸਾਨੂੰ ਭਾਜੀ, ਅਸੀਂ ਇੰਨੇ ਮੂਜੀ ਨਹੀਂ ਜਿਹੜੇ ਤੈਨੂੰ ਤੇ ਤੇਰਿਆਂ ਗੁੰਡਿਆਂ ਨੂੰ ਸਮਾਂ ਆਉਣ ਤੇ ਜਿੱਦਣ ਸਾਡੇ ਘਰ ਕੱਲ ਨੂੰ ਵਿਆਹ ਹੋਣਾ ਅਸੀਂ ਭਾਜੀ ਨਾ ਮੋੜੀਏ, ਅਸੀਂ ਇਹ ਭਾਜੀ ਮੋੜਾਂਗੇ। ਔਰ ਮੈਂ ਇਹ ਸਮਝਦਾ ਵਾਂ ਉਹਨਾਂ ਅਫਸਰਾਂ ਦਾ ਮੈਂ ਧੰਨਵਾਦ ਕਰਨਾ ਵਾਂ ਜਿਨ੍ਹਾਂ ਪੁਲਿਸ ਅਫਸਰਾਂ ਨੂੰ ਕਿਹਾ ਕਿ ਰਾਤ ਜਿਹੜੇ ਇਲੈਕਸ਼ਨ ਲੜਦੇ ਨੇ ਇਹਨਾਂ ਨੂੰ ਚੁੱਕ ਕੇ ਤੇ ਕਿਤੇ ਲੈ ਜਾਓ ਤੇ ਲੋਕ ਵੋਟਾਂ ਪਾਉਣੀ ਨਾ ਆਉਣ। ਉਹਨਾਂ ਅਫਸਰਾਂ ਦਾ ਮੈਂ ਧੰਨਵਾਦ ਕਰਨਾ, ਸਮਾਂ ਆਉਣ 'ਤੇ ਉਹਨਾਂ ਦਾ ਸਤਿਕਾਰ ਮਾਣ ਜਿਹੜਾ ਵਾ ਉਹ ਕੀਤਾ ਜਾਵੇਗਾ। ਗੁੰਡਿਆਂ ਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਅਸੀਂ ਮਰ ਨਹੀਂ ਜਾਣਾ, ਕਿਤੇ ਤੁਰ ਨਹੀਂ ਜਾਣਾ। ਗਿਣ ਗਿਣ ਕੇ ਲਿਸਟਾਂ ਬਣਦੀਆਂ, ਲੱਭ ਲੱਭ ਕੇ ਤੁਹਾਨੂੰ ਕੁੱਟ ਕੁੱਟ ਕੇ ਤੁਹਾਡੀ ਲਿੱਦ ਕੱਢ ਦਿਆਂਗੇ ਸਮਾਂ ਆਉਣ 'ਤੇ। ਮੈਂ ਇਸ ਹਲਕੇ ਦੇ ਵਿਧਾਇਕ ਮਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਨੂੰ ਮੈਂ ਕਹਿਣਾ ਚਾਹੁੰਦਾ ਇੰਨੇ ਮਾਣ ਹਗਮਾਣ 'ਚ ਨਹੀਂ ਰਹੀਦਾ। ਮੈਂ ਮਰ ਗਿਆ ਤੇ ਤੇਰੇ 'ਤੇ ਤੇਰੇ ਮੁੰਡੇ 'ਤੇ ਪਰਚਾ ਹੋਵੇਗਾ, ਤੇ ਜੇ ਤੂੰ ਮਰ ਜਾਏਗਾ ਤੇ ਮੇਰੇ ਤੇ ਮੇਰੇ ਮੁੰਡੇ 'ਤੇ ਪਰਚਾ ਕਰਾ ਦੀਆਂ, ਅਸੀਂ ਭੁਗਤਣ ਲਈ ਤਿਆਰ ਹਾਂ। ਮੈਂ ਆਸ ਰੱਖਣਾ ਵਾਂ ਕਿ ਇਹ ਬੂਥ ਕੈਂਸਲ ਕਰਕੇ ਦੁਬਾਰਾ ਇਹਦੀ ਡੇਟ ਦੇ ਕੇ ਪ੍ਰਸ਼ਾਸਨ ਵਧੀਆ ਢੰਗ ਦੇ ਨਾਲ ਇਹ ਇਲੈਕਸ਼ਨ ਜਿਹੜੀ ਹੈ ਇਹ ਕਰਵਾਊਗਾ। ਅਸੀਂ ਧਰਨਾ ਦਿੱਤਾ, ਰੋਸ ਕੀਤਾ, ਜਿਹੜਾ ਸਾਡਾ ਫਰਜ਼ ਬਣਦਾ ਸੀਗਾ। ਮੈਂ ਬਤੌਰ ਇੱਕ ਸਿਪਾਹੀ ਹਮਦਰਦ ਹੋਣ ਦੇ ਨਾਤੇ ਆਪਣੇ ਇੱਥੇ ਆਇਆ ਵਾਂ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।